ਵਿਸ਼ਵ ਦੀਆਂ ਦੋ ਐਟਮੀ ਸ਼ਕਤੀਆਂ ਇੰਡੀਆ ਤੇ ਚਾਈਨਾ ਦੀਆਂ ਫੌਜਾਂ ਵਿਚਾਲੇ ਪੂਰਬੀ ਲੱਦਾਖ ਦੇ ਗਲਵਾਨ ਕਾਟੀ ਵਿੱਚ ਹੋਈਆਂ ਹਿੰਸਕ ਝੜਪਾਂ ਵਿੱਚ ਦੋਵਾਂ ਦੇਸ਼ਾਂ ਦਾ ਜਾਨੀ ਨੁਕਸਾਨ ਹੋਇਆ। ਭਾਰਤੀ ਫੌਜ ਦੇ ਇੱਕ ਕਰਨਲ ਸਮੇਤ 20 ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ 4 ਜਵਾਨ ਪੰਜਾਬ ਦੇ ਵੀ ਸ਼ਾਮਲ ਹਨ। ਆਓ ਵੇਖਦੇ ਹਾਂ ਭਾਰਤ ਚਾਈਨਾ ਤਣਾਅ ਬਾਰੇ ਪੰਜਾਬ ਦੇ ਲੋਕ ਕੀ ਸੋਚ ਤੇ ਵਿਚਾਰ ਰੱਖਦੇ ਨੇ। ਲੱਦਾਖ ਦੀ ਗਲਵਾਨ ਬਾਦੀ ਵਿੱਚ ਭਾਰਤ ਦੇ ਬੀਜਵਾਨ ਜਿਨ੍ਹਾਂ ਚ ਕਰਨਲ ਵੀ ਸਮੇਤ ਕਰਨਲ ਸਮੇਤ ਬੀਜਵਾਨ ਸ਼ਹੀਦ ਹੋਏ ਨੇ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਪ੍ਰਤੀ ਉਹਨਾਂ ਸ਼ਹੀਦਾਂ ਪ੍ਰਤੀ ਨਤਮਸਤਕ ਹਾਂ ਜਿੱਥੋਂ ਤੱਕ ਕਿਉਂਕਿ ਇਹ ਝਗੜਾ 1962 ਤੋਂ ਹੁਣ ਤੱਕ ਚੱਲ ਰਿਹਾ ਹੈ ਅਸੀਂ ਜਿਹੜਾ ਨਾਰਾ ਪੰਜਾਬ ਪੰਜਾਬੀਆਂ ਨੇ ਹਿੰਦਿਆ ਨੇ ਹਿੰਦੂਵਾਸੀਆਂ ਨੇ ਦਿੱਤਾ ਉਹ ਹਿੰਦੀ ਚੀਨੀ ਭਾਈ ਭਾਈ ਦਾ ਦਿੱਤਾ ਸੀ ਤੇ ਅਸੀਂ ਅਮਨ ਚਾਹੁੰਦੇ ਹਾਂ ਸ਼ਾਂਤੀ ਨਹੀਂ ਚਾਹੁੰਦੇ ਪਰ ਨਾਲ ਇਹ ਵੀ ਹੈ ਕਿ ਜੇ ਕੋਈ ਸਾਡੇ ਘਰ ਚ ਆ ਕੇ ਹਮਲਾ ਕਰਦਾ ਤਾਂ ਸਾਡਾ ਸਵੈਮਾਨ ਸਾਡੀ ਅਣਖ ਸਾਡੇ ਭਾਰਤੀਆਂ ਦੀ ਸੂਰਬੀਰਤਾ ਉਹ ਕਾਇਮ ਰਹੇਗੀ ਮੈਂ ਸੰਖੇਪ ਚ ਇੱਕ ਸਨੇਹਾ ਦੇਣਾ ਸਾਡੇ ਜਵਾਨਾਂ ਨੂੰ ਕਿ ਸ਼ੇਰ ਇੱਕ ਹੀ ਜੰਗਲ ਵਿੱਚ ਬਹੁਤ ਹੁੰਦਾ ਹੈ ਸ਼ੇਰ ਇੱਕ ਹੀ ਜੰਗਲ ਵਿੱਚ ਬਹੁਤ ਹੁੰਦਾ ਹੈ ਪਸ਼ੂ ਪੰਛੀ ਸਭ ਉਸ ਤੋਂ ਡਰਦੇ ਨੇ ਨਾਲ ਅਣਖ ਦੇ ਮਰਨਾ ਇਹ ਕਿਤੇ ਚੰਗਾ ਮੰਜੇ ਪੈ ਕੇ ਤਾਂ ਲੱਖਾਂ ਹੀ ਮਰਦੇ ਨੇ ਮੰਜੇ ਪੈ ਕੇ ਤਾਂ ਲੱਖਾ ਹੀ ਮਰਦੀ ਚੀਨੀ ਭਾਈ ਭਾਈ ਵਾਲਾ ਨਾਰਾ ਉਵੇਂ ਹੀ ਹੋਣਾ ਚਾਹੀਦਾ ਜੰਗ ਨਹੀਂ ਹੋਣੀ ਚਾਹੀਦੀ ਜੰਗ ਕੋਈ ਵੀ ਹੱਲ ਨਹੀਂ ਕਿਸੇ ਵੀ ਮਸਲੇ ਦਾ ਪੂਰੀ ਦੁਨੀਆ ਦੇ ਤੁਸੀਂ ਜਿਹੜੇ ਇਤਿਹਾਸ ਦੇਖ ਲਓ ਚਾਈਨਾ ਨਾਲ 1962 ਚ 20 ਅਕਤੂਬਰ ਤੋਂ 21 ਨਵੰਬਰ ਤੱਕ 1 ਮਹੀਨਾ 1 ਦਿਨ ਜੰਗ ਹੋਈ ਕੀ ਨਤੀਜਾ ਨਿਕਲਿਆ ਪਾਕਿਸਤਾਨ ਨਾਲ 1947 1965 1971 1999 ਕੀ ਨਤੀਜਾ ਨਿਕਲਿਆ ਮਾਮਾ ਦੇ ਪੁੱਤ ਦੋਨੋਂ ਪਾਸੇ ਮਾਰੇ ਜਾਂਦੇ ਨੇ ਭਾਈ ਭਾਈ ਮਾਰੇ ਜਾਂਦੇ ਨੇ ਜਿਹੜਾ ਪੋਲਿਟਿਸ਼ੀਅਨ ਕਹਿੰਦੇ ਕਿ ਜੰਗ ਹੋਣੀ ਚਾਹੀਦੀ ਹੈ ਮੈਂ ਇੱਕੋ ਮੰਗ ਕਰਦਾ ਕਿ ਉਹ ਪਹਿਲਾਂ ਆਪਦੇ ਪੁੱਤ ਨੂੰ ਬਾਰਡਰ ਤੇ ਭੇਜੇ ਫਿਰ ਅਸੀਂ ਮਨਜ਼ੂਰ ਕਰ ਲਾਂਗੇ ਸਾਡੀ ਇਹ ਮੰਗ ਹੈ ਕਿ ਜਿਹੜਾ ਵੀ ਭਾਈ ਕਹਿੰਦਾ ਕਿ ਜੰਗ ਹੋਣੀ ਚਾਹੀਦੀ ਹੈ ਉਹ ਪਹਿਲਾਂ ਆਪ ਦੇ ਖਾਸ ਕਰਕੇ ਪੋਲੀਟੀਸ਼ੀਅਨ ਪੁੱਤ ਨੂੰ ਭੇਜਣ ਨਹੀਂ جنگ ਬਿਲਕੁਲ ਨਹੀਂ ਹੋਣੀ ਚਾਹੀਦੀ ਕਰੋਨਾ ਨੇ ਤਬਾਹ ਕਰਤਾ ਪਹਿਲੀ ਤਬਾਹ ਸੀ جنگ ਸਾਨੂੰ ਜਮੀ ਤਬਾਹ ਕਰ ਦੇਗੀ ਪ੍ਰੈਸ ਜਿਹੜਾ ਹੈ ਆਲ ਓਵਰ ਵਰਡ ਜਿਹੜਾ ਹੈ ਉਹ ਫਾਈਨੈਂਸ਼ੀਅਲ ਡਿਸਟ्रेस ਹੈ ਲੋਕ ਪਹਿਲੇ ਹੀ ਹਤਾਸ਼ ਤੇ ਨਿਰਾਸ਼ ਨੇ ਜੰਗ ਕੋਈ ਵੀ ਚਾਹੁੰਦਾ ਨਹੀਂ ਹੈ ਕਿਉਂਕਿ ਜੋ ਅਮਨ ਹੀ ਪ੍ਰਗਤੀ ਦਾ ਇੱਕ ਨਿਸ਼ਾਨ ਹੈ ਪਰ ਜੰਗ ਨੂੰ ਤੁਸੀਂ ਜੇ ਅਸੀਂ ਕਹੀਏ ਵੀ ਅਸੀਂ ਇੱਕ ਪਾਸਾ ਰੋਕ ਸਕਦਾ ਜੰਗ ਨੂੰ ਤਾਂ ਇਹ ਵੀ ਪੋਸੀਬਲ ਨਹੀਂ ਹੈ ਜੇ ਦੂਜੇ ਪਾਸੇ ਸਾਡੇ ਤੇ ਜੰਗ ਥੋਪੀ ਜਾਂਦੀ ਹੈ ਤਾਂ ਸਾਨੂੰ ਫਿਰ ਉਸ ਤੋਂ ਬਾਅਦ ਦੂਜੀ ਕੋਈ ਵੀ ਥੋਟ ਨਹੀਂ ਹੋਣਾ ਚਾਹੀਦਾ ਜੇ ਜੰਗ ਥੋਪੀ ਜਾਂਦੀ ਹੈ ਤਾਂ ਅਸੀਂ ਉਹਨੂੰ ਵੱਧ ਚੜ ਕੇ ਉਹਨੂੰ ਜਵਾਬ ਜਿਹੜਾ ਹੈ ਉਹਦਾ ਦੁੱਗਣਾ ਜਵਾਬ ਦੇਈਏ ਇਸ 'ਚ ਮਸਲਾ ਕੀ ਹੈ ਜਿਹੜੇ ਜਵਾਨ ਨੇ ਉਹ ਸ਼ਹੀਦ ਹੋ ਰਹੇ ਨੇ ਉਹਨਾਂ ਦੇ ਕਿਉਂਕਿ ਜੋ ਜੰਗ ਜਿਹੜੀ ਹੈ ਇਕੱਲੇ ਆਰਮੀ ਦੀ ਜੰਗ ਨਹੀਂ ਹੈ ਕਲੀ polititian ਦੀ جنگ ਨਹੀਂ ਹੈ جنگ ਹਿੰਦੁਸਤਾਨ ਦੀ ਹੈ ਹਿੰਦੁਸਤਾਨ ਦਾ ਮਤਲਬ ਅਸੀਂ ਸਾਰੇ ਲੋਕ ਜੇ ਇੱਕ ਜਵਾਨ ਆਪਣੀ ਜ਼ਿੰਦਗੀ ਉੱਥੇ ਖੋ ਰਿਹਾ ਹੈ ਤਾਂ ਸਾਨੂੰ ਚਾਹੇ ਤਾਂ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ 150 ਰੁਪਏ ਦਾ ਇੱਕ ਇੱਕ ਜਿਵੇਂ 5 ਕਰੋੜ ਟੈਕਸ ਪਿਆ ਰਿਹਾ ਹੈ 100 ਰੁਪਏ ਦਾ ਟੈਕਸ ਲਾ ਦੇਣ 100 ਰੁਪਏ ਦੇ ਟੈਕਸ ਨਾਲ ਵੀ 500 ਕਰੋੜ ਇਕੱਠਾ ਹੁੰਦਾ ਹੈ ਤਾਂ ਇੱਕ ਜਵਾਨ ਜਿਹੜਾ ਉੱਥੇ ਆਪਣੀ ਜਾਨ ਖੋ ਰਿਹਾ ਅਸੀਂ ਹੋਰ ਜੇ ਉਹਦੇ ਲਈ ਨਹੀਂ ਕੁਝ ਕਰ ਸਕਦੇ ਤਾਂ ਸਰਕਾਰ ਨੂੰ ਚਾਹੀਦਾ ਘੱਟੋ ਘੱਟ ਉਹਦੀ ਪਰਿਵਾਰ ਨੂੰ ਫਾਈਨੈਂਸ਼ੀਅਲ ਜਿਹੜਾ ਡਿਸਟ्रेस ਹੈ ਉਹ 1% ਵੀ ਨਹੀਂ ਹੋਣਾ ਚਾਹੀਦਾ ਸਾਡੇ ਬਾਰਡਰ ਤੇ ਜਵਾਨ ਸ਼ਹੀਦ ਹੋਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਤਰਫੋਂ ਸਾਬਕਾ ਸੈਨਿਕਾਂ ਦੀ ਜਥੇਬੰਦੀ ਤਰਫੋਂ ਉਹਨਾਂ ਦੇ ਸਰਦਾਰਾਂ ਦੀ ਪੇਟ ਕਰਦਾਂ ਔਰ ਬੜੇ ਦੁੱਖ ਨਾਲ ਇਹ ਕਹਿਣਾ ਚਾਹੁੰਦਾ ਸਾਡੇ ਪਾਰਟੀਸ਼ਨ ਨੂੰ ਜਿਹੜਾ ਚైనా ਮੁਲਖ ਹੈ ਇਹ ਪ੍ਰੋਸੇਜੋਗ ਬੰਦ ਮੁਲਖ ਨਹੀਂ ਹੈਗਾ ਸਭ ਤੋਂ ਬੇਪ੍ਰੋਸੇਜੋਗ ਮੁਲਖ ਚైనా ਜਦੋਂ ਬਾਹਰ ਦੇ ਵਿੱਚ ਚੂਆਨ ਲਈ ਸੀਗਾ ਇਹਨਾਂ ਦੇ ਰਾਸ਼ਟਰਪਤੀ ਉਦੋਂ ਇਹਨੇ ਸਾਨੂੰ ਧੋਖੇ ਚ ਰੱਖ ਕੇ Hindu Chinese ਭਾਈ ਭਾਈ ਦਾ ਨਾਰਾ ਦਿੱਤਾ ਸੀ ਅਸੀਂ ਇਹਨਾਂ ਦੇ ਭਰੋਸੇ 'ਚ ਆ ਗਏ ਸੀਗੇ ਕਿਉਂਕਿ ਅਸੀਂ ਸੋਚਦੇ ਹੀ ਜਿਹੇ ਜਿਹਾ ਅਸੀਂ ਆ ਉਹ ਹੈ ਜਾਂ ਫਰਾਗ ਦੇ ਲਈ ਹੈ ਪਰ ਨਹੀਂ ਇਹ ਧੋਖੇਬਾਜ਼ ਮੁਲਖ ਹੈ ਉਸ ਤੋਂ ਬਾਅਦ ਬਾੜ ਸਾਡੇ ਨਾਲ ਲੜਾਈ ਹੋਈ ਸਾਡੇ ਉਦੋਂ ਬੰਦੇ ਸ਼ਹੀਦ ਹੋਏ 67 ਚ ਮੈਂ ਚైనా ਬਾਰਡਰ ਦੇ ਉੱਤੇ ਸੀ ਇਹਨਾਂ ਦੀ ਐਲ ਆਰ ਪੀ ਆਈ ਸਾਡੀਆਂ ਐਲ ਆਰ ਪੀ ਆਈ ਸਾਡੇ ਅੰਦਰ ਆ ਗਏ ਸੀਗੇ ਅਸੀਂ ਮੂਰੇ ਸੰਤਰੀ ਖੜੇ ਕਰਤੇ ਮੈਂ ਵਿੱਚ ਸੀ ਉੱਪਰ ਖੜੇ ਸੰਤਰੀ ਖੜਾ ਕੀਤਾ ਉੱਪਰ ਇਹਨਾਂ ਨੇ ਕਰਤਾ ਉੱਪਰ ਕਰਤਾ ਲਾਸਟ ਜਾ ਕੇ ਚੋਲਾ ਪੋਸਟ ਅਸੀਂ ਬਣਾਈ ਜਿੱਦੇ ਅੱਜ ਅਸੀਂ ਵਾਰਸ ਹਾਂ ਉੱਥੇ ਅਸੀਂ 6 ਮਹੀਨੇ ਰਹੇ ਅਸੀਂ ਹੱਥੋਂ ਭਾਈ ਹੋਏ ਇਹਨਾਂ ਨੂੰ ਕੁੱਟਮਾਰ ਕੀਤੀ ਪਰ ਸਾਡਾ ਕੁਝ ਨਹੀਂ ਕੀਤਾ ਇਹਨਾਂ ਨੇ ਸਾਤੋਂ ਡਰਦੇ ਰਹੇ ਸਾਤੋਂ ਬਹੁਤ ਡਰਦੇ ਸੀਗੇ ਉਸ ਤੋਂ ਬਾਅਦ ਅਸੀਂ ਜਦੋਂ ਚਾਰ ਦੇ ਕੇ ਆਏ ਜੀਆਰ ਨੂੰ ਜੀਆਰ ਦੇ ਬੰਦਿਆਂ ਨੇ ਇਹਨਾਂ ਦੇ ਇੱਕ ਅਫਸਰ ਦੀ ਬਾਹ ਮੜਤੀ ਉਹਨਾਂ ਨੇ ਉੱਥੇ ਕਾਬਜ ਤੇ ਇਹਨਾਂ ਨੇ ਮਨੀਸ਼ਨ ਨਹੀਂ ਭਰਿਆ ਸੀ ਮੋਰਚਿਆਂ ਦੇ ਬਾਖਮਨੀ ਤੇ ਉਹਨਾਂ ਦਾ ਨੁਕਸਾਨ ਕਰਤਾ ਉਹ ਤੋਂ ਭੱਜ ਕੇ ਆ ਗਏ ਅਸੀਂ ਥੱਲੇ ਖੱਜਰਾ ਦੇ ਸਮਾਨ ਲੱਦ ਰਹੇ ਸੀ ਸਾਨੂੰ ਆਰਡਰ ਹੋਇਆ ਵੀ ਹੁਣੇ ਪੋਸਟ ਦੁਆਰੇ ਲਓ ਅਸੀਂ ਸਿੱਧੇ ਚੜ੍ਹ ਨਹੀਂ ਸਕਦੇ ਸੀਗੇ ਅਸੀਂ ਬੈਕ ਸਾਈਡ ਤੋਂ ਨਹੀਂ ਜਾ ਕੇ ਰਾਤੋਂ ਰਾਤ ਉਪਸਤ ਲੀ ਸਵੇਰ ਨੂੰ ਸਾਡਾ ਕਰਨਲ ਜੀਆਰ ਦਾ ਕਰਨਲ ਉੱਥੇ ਆਇਆ ਉੱਥੇ ਡ్రਾਈ ਫਰੂਟ ਹੁੰਦਾ ਰੈਸ਼ਨ ਹੁੰਦਾ ਉਹਦੇ ਜਿਹੜੀ ਹੈਗੀ ਸੀਗੀ ਖੀਰ ਬਣਾ ਕੇ ਉਹਨਾਂ ਦੇ ਕਰਨਲ ਨੂੰ ਦਿੱਤੀ ਸਾਡੀਆਂ 6 ਮਹੀਨੇ ਦੀਆਂ ਰੋਟੀਆਂ ਪੀਆਂ ਸੈਂਡਵਿਚ ਪਾਈਆਂ ਹੁੰਦਾ ਸੀ ਉਹ ਚੱਪ ਰਹੇ ਸੀਗੇ ਜਦੋਂ ਕਰਨਲ ਨੂੰ ਦਿੱਤੀ ਕਹਿੰਦਾ ਇਹੀ ਜੀ ਪਾਰਟਨ ਦੀ ਕਮਾਂਡ ਮੈਨੂੰ ਚਾਹੀਦੀ ਹੈ ਉਸ ਕਰਨਲ ਦੇ ਇਹ ਵਾਰਡ ਨੇ ਮੇਰੇ ਸਾਹਮਣੇ ਵਾਰਡ ਨੇ ਇਹ ਤਾਂ ਮੈਂ ਤੁਹਾਨੂੰ ਕਹਿਣਾ ਵੀ ਇਹ ਮੁਲਖ ਬਹੁਤ ਹੀ ਗਦਾਰ ਮੁਲਖ ਹੈ ਇਹੋ ਜਿਹੇ ਮੁਲਖ ਦਾ ਬਿਲਕੁਲ ਸਾਡੇ ਪੋਲਿਟਿਸ਼ਨ ਨੂੰ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਮੈਂ ਇਹ ਕਹਿਣਾ ਚਾਹੁੰਨਾ ਵੀ ਸਾਡੇ ਜਿਹੜੇ ਜਵਾਨ ਸ਼ਹੀਦ ਹੋ ਰਹੇ ਨੇ ਉਹਨਾਂ ਦੇ ਬਾਤ ਤੇ ਦੇਖੋ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਇੱਕ ਕ੍ਰਿਕਟ ਛੱਕਾ ਮਾਰਦਾ ਉਹਨੂੰ 1 ਕਰੋੜ ਸਾਡਾ ਸ਼ਹੀਦ ਹੋ ਰਿਹਾ ਬਾਰਡਰ ਤੇ ਉਹਨੂੰ 10 ਲੱਖ ਇਹ ਵੀ ਸਾਡੇ ਨਾਲ ਕਿਹਨੇ ਆਈ ਹੈ